ਅਸੀਂ ਜਾਗਦੇ ਉਦੋਂ ਆ ਜਦੋਂ ਕੋਈ ਵੱਡਾ ਮਕਾਨ ਸਾਡੇ ਬਿਲਕੁਲ ਨੇੜੇ ਆ ਜਾਂਦਾ। ਮਹੀਨਾ ਪਹਿਲਾਂ ਸਾਨੂੰ ਸੁਰਤ ਆਉਂਦੀ ਹੈ ਵੀ ਆਹ ਕੀ ਹੋ ਗਿਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਪ੍ਰੇਰਣਾ ਦਾ ਸਰੋਤ ਹੈ। ਨੈਸ਼ਨਲ ਇੰਟੀਗ੍ਰੇਸ਼ਨ ਇੱਥੋਂ ਸ਼ੁਰੂ ਹੋਈ। ਇਟਸ ਪੇ ਬੈਕ ਟਾਈਮ ਫੋਰ ਅਸ ਕਿ ਅਸੀਂ ਸ਼ਹੀਦ ਜਿਹੜੇ ਕੌਮ ਦੇ ਸਰਮਾਏ ਨੇ ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਗੌਰਵਮਈ ਗਾਥਾ ਨੂੰ ਨੌਜਵਾਨਾਂ ਦੇ ਨਾਲ ਜੋੜੀਏ। ਆਉਣ ਵਾਲੇ ਵਿਰਸੇ ਨੂੰ ਅਸੀਂ, ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਆਪਣਾ ਵਿਰਸਾ ਬੇਟਨ ਵਾਂਗ ਪਾਸ ਔਨ ਕਰੀਏ। ਅਤੇ ਇਹ ਇੰਸਪੀਰੇਸ਼ਨ ਦਾ ਜਿਹੜਾ ਸਰੋਤ ਹੈ ਇਹ ਹੋਰ ਮਹਾਨਤਾ ਵੱਲ ਵਧੇ। ਇਸ ਜਗ੍ਹਾ ਦੀ ਲੈਂਡਸਕੇਪਿੰਗ, ਇਸ ਜਗ੍ਹਾ ਦੀ ਜਿਹੜੀ ਫੈਸਿਲਿਟੀ ਹੈ ਉਹ 10 ਗੁਣਾ ਜ਼ਿਆਦਾ ਬਿਹਤਰ ਹੋ ਸਕਦੀ ਹੈ। ਔਰ ਮੋਨੂਮੈਂਟ ਨੂੰ ਵੀ ਹੋਰ ਸਵਾਰਿਆ ਜਾ ਸਕਦਾ ਹੈ। ਜਿਹੜੀ ਇਹ ਪੇਵਮੈਂਟ ਅੱਗੇ ਲੀਡ ਕਰਦੀ ਹੈ ਉਹਨੂੰ ਵੀ ਸਵਾਰਿਆ ਜਾ ਸਕਦਾ ਹੈ। ਬਾਹਰ ਤੋਂ ਅੰਦਰ ਤੱਕ ਆਉਣ ਦਾ ਏਰੀਆ ਜਿਹੜਾ ਹੈਗਾ ਉਹਦੀ ਲਾਈਟਿੰਗ ਜਿਹੜੀ ਹੈ, ਲਾਈਟਿੰਗ ਦਾ ਕਿੰਨਾ ਪ੍ਰਭਾਵ ਪੈਂਦਾ ਸ਼ਾਮ ਨੂੰ ਰਾਤ ਨੂੰ, ਮੈਂ ਉਸ ਗੱਲ ਦਾ ਪੂਰੀ ਤਰ੍ਹਾਂ ਜਾਣੂਗਾ। ਔਰ ਨੋਨ ਸਟੋਪ ਇੱਥੇ ਸਾਡੀ ਇਤਿਹਾਸ ਦੀ ਜਿਹੜੀ ਗਾਇਕੀ ਰਾਹੀਂ ਇਫ ਹੀ ਗਿਵਸ ਮੀ ਟਾਈਮ ਇਟਸ ਆਲਰੇਡੀ ਦੇਅਰ, ਇਫ ਹੀ ਗਿਵਸ ਮੀ ਟਾਈਮ ਆਈ ਐਮ ਰੈਡੀ ਟੂ ਗੋ ਮਾਈਲਸ, ਇਫ ਦੀ ਸੈਂਟਰਲ ਗਵਰਨਮੈਂਟ ਕਮਸ ਐਨ ਇੰਚ ਵਿਲ ਗੋ ਮਾਈਲ ਟੂ ਫੈਸਿਲੀਟੇਟ ਦਿਸ ਐਂਡ ਰਾਈਜ਼ਿੰਗ ਅਬਾਵ ਪਾਰਟੀ ਲਾਈਨਸ। ਬਿਕੋਜ਼ ਇਹ ਜਿਹੜੇ ਸ਼ਹੀਦ ਨੇ ਇਹ ਸਾਡੀ ਕੌਮ ਦੇ ਸਰਮਾਏ ਨੇ। ਪੰਜਾਬ ਪੰਜਾਬੀਅਤ ਦਾ ਧੁਰਾ ਹੈ, ਨੈਸ਼ਨਲ ਇੰਟੈਗਰੇਸ਼ਨ ਦਾ ਧੁਰਾ ਹੈ। ਇਹਦੇ 'ਚ ਕੋਈ ਇਹ ਨਹੀਂ ਕਹਿ ਸਕਦਾ ਕਿ ਜੀ ਇਹ ਫਲਾਨੀ ਪਾਰਟੀ ਹੈ ਅਤੇ ਢਮਕਾਨੀ ਪਾਰਟੀ ਹੈ। ਨੋ, ਇਟ ਇਜ਼ ਅ ਮੈਟਰ ਆਫ ਨੈਸ਼ਨਲ ਇੰਟੈਗਰੇਸ਼ਨ, ਇਟ ਇਜ਼ ਅ ਮੈਟਰ ਆਫ ਪ੍ਰਾਈਡ, ਇਟ ਇਜ਼ ਅ ਮੈਟਰ ਆਫ ਦ ਗਲੋਰੀਫਿਕੇਸ਼ਨ ਆਫ ਆਵਰ ਹਿਸਟਰੀ। ਵੇਖੋ ਤੁਹਾਨੂੰ, ਦੇਖੋ ਮੇਰੀ ਗੱਲ ਨੂੰ ਸੁਣੋ ਕਿ ਇੱਕ ਸੈਪਰੇਟ ਚਿੱਠੀ ਅਗਰ ਤੁਸੀਂ ਚਾਹੁੰਦੇ ਹੋ ਇਹ ਵੀ ਲਿਖ ਦਿੱਤੀ ਜਾਏਗੀ, ਲੇਕਿਨ ਜਦੋਂ ਪ੍ਰਾਈਮ ਮਿਨਿਸਟਰ ਨਾਲ ਅਗਰ ਉਹ ਟਾਈਮ ਦੇਣਗੇ, ਮੈਂ ਤਾਂ ਚਾਹੁੰਦਾ ਚੀਫ ਮਿਨਿਸਟਰ ਸਾਹਿਬ ਨਾਲ ਚੱਲਣ ਔਰ ਉੱਥੇ ਇਹ ਬੜੀ ਵਿਸਤਾਰ ਦੇ ਵਿੱਚ ਗੱਲ ਰੱਖੀ ਜਾਵੇ। ਅਤੇ ਮੈਂ ਆਲਰੇਡੀ ਚੀਫ ਮਿਨਿਸਟਰ ਸਾਹਿਬ ਨੂੰ ਇਹ ਰਿਕੁਐਸਟ ਭੇਜੂੰਗਾ, ਪਰਸਨਲੀ ਗੱਲ ਕਰੂੰਗਾ ਕਿ ਇੱਕ ਕਮੇਟੀ ਦਾ ਗਠਨ ਹੋਵੇ, ਕਿਉਂਕਿ ਹਲੇ 1.25 ਸਾਲ ਪਿਆ। ਅਤੇ ਇਸ ਜਗ੍ਹਾ ਦੇ ਲਈ ਅਗਰ ਤੁਸੀਂ ਦੇਖੋ ਤਾਂ 4-5 ਚੀਜ਼ਾਂ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਦੇਖੋ ਤੁਸੀਂ ਜਿੰਨੇ ਬੰਦੇ ਇੱਥੇ ਵਿਜ਼ਿਟਰ ਆਉਂਦੇ ਆ, ਕੋਈ ਉਹਨਾਂ ਨੂੰ ਪੀਣ ਵਾਲਾ ਪਾਣੀ ਦੇਣ ਨੂੰ ਇੱਥੇ ਹੈ, ਕੋਈ ਛਾਂ ਵਾਲੀ ਥਾਂ ਹੈ, ਚਲੋ ਅੱਜ ਤਾਂ ਸਰਦੀ ਹੈ, ਜਦੋਂ ਗਰਮੀ ਹੁੰਦੀ ਹੈ ਅਤੇ ਇੱਥੋਂ ਭੱਜਣ ਨੂੰ ਮੱਥਾ ਟੇਕ ਕੇ ਭੱਜਣ ਨੂੰ ਫਿਰਦੇ। ਇੱਥੇ ਲਾਈਟ ਐਂਡ ਸਾਊਂਡ ਸਿਸਟਮ ਹੋਵੇ, ਫਿਲਮਾਂ ਸਭ ਤੋਂ ਵੱਧ ਪ੍ਰੇਰਿਤ ਕਰਦੀਆਂ ਨੇ, ਫਿਲਮਾਂ ਮਨੋਜ ਕੁਮਾਰ ਜੀ ਦੀਆਂ ਫਿਲਮਾਂ ਨੇ ਔਰ ਸ਼ਹਾਦਤ ਦੀਆਂ ਕਿੰਨੀਆਂ ਫਿਲਮਾਂ, ਡਾਕੂਮੈਂਟਰੀਜ਼ ਨੇ, ਉਸ ਟਾਈਮ ਦੀਆਂ ਡਾਕੂਮੈਂਟਰੀਜ਼। ਲਾਲਾ ਲਾਜਪਤ ਰਾਏ ਦੇ ਉੱਤੇ ਲਾਠੀਆਂ ਵੱਜਦੀਆਂ, ਲੋਕਾਂ ਨੂੰ ਪਤਾ ਲੱਗੇ, ਨੌਜਵਾਨ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਭਾਈ ਇਹ ਸਾਨੂੰ ਆਜ਼ਾਦੀ ਕਿਸ ਤਰ੍ਹਾਂ ਮਿਲੀ, ਕਿਉਂ ਮਿਲੀ, ਹੈਂਜੀ। ਅਤੇ ਇਸ ਕਰਕੇ ਜਿੰਨੀ ਵੀ ਗਲੋਰੀਫਿਕੇਸ਼ਨ ਹੋ ਸਕੇ ਇਹ ਸਾਨੂੰ ਕਰਨੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਇੱਕ ਛੋਟਾ ਆਡੀਟੋਰੀਅਮ ਹੋਣਾ ਚਾਹੀਦਾ, ਚਾਹੇ ਓਪਨ ਏਅਰ ਥੀਏਟਰ ਹੋਵੇ, ਚਾਹੇ ਓਪਨ ਏਅਰ ਥੀਏਟਰ ਹੋਵੇ, ਕੋਈ ਚੰਗਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਅਗਰ ਕੁਆਲਿਟੀ, ਫਿਰ ਇਹਦੀ ਲੈਂਡਸਕੇਪਿੰਗ, ਇਹਦੀ ਜਿਹੜੀ ਪ੍ਰਜ਼ਰਵੇਸ਼ਨ ਹੈ ਉਹ ਪੂਰੀ ਕੰਪਲੀਟ ਹੈ, ਉਹਦੇ ਅੱਗੇ ਕੋਈ ਗਲਾਸ ਲੱਗੇ ਕੁਛ, ਮਤਲਬ 1000 ਤਰੀਕੇ ਨੇ। ਤੂੰ ਪੁੱਛ ਲੈ, ਦੇਖੋ ਮੈਂ ਕਹਿੰਦਾ ਬਿਲਕੁਲ, ਮੈਂ ਇਹਦਾ ਬੀੜਾ ਚੁੱਕਦਾ। ਇੱਥੇ ਜਿਹੜੇ ਤੁਸੀਂ ਅੱਜ ਗੱਲ ਕਹੀ ਹੈ, ਇੱਥੇ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ, ਔਰ ਜਿਹੜੇ
ਸ਼ਹੀਦ ਹੋਏ ਅਗਰ ਕੋਈ ਔਥੈਂਟਿਕ ਲਿਸਟ ਹੈ ਤੇ ਮੈਂ ਸਮਝਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਦੋਂ 100 ਸਾਲਾ ਮਨਾਇਆ ਜਾਵੇ ਇੱਥੇ ਬੁਲਾਉਣਾ ਚਾਹੀਦਾ, ਇੱਥੇ ਇੱਕ ਪ੍ਰੋਪਰ ਫੰਕਸ਼ਨ ਹੋਣਾ ਚਾਹੀਦਾ ਹੈ ਅਤੇ ਓਨਰੇਬਲ ਇੱਕ ਮਿਲਿਆ ਓਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਤੇ ਚੀਫ ਮਿਨਿਸਟਰ ਸਾਹਿਬ ਨੂੰ ਇੱਥੇ ਹੋਣਾ ਚਾਹੀਦਾ ਹੈ ਔਰ ਬਹੁਤ ਵੱਡਾ ਸਮਾਗਮ ਹੋਣਾ ਚਾਹੀਦਾ ਜਿਹਦੇ 'ਚ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਅਮਰ ਕੀਤਾ ਜਾਵੇ। ਆਲਰੇਡੀ ਅਮਰ ਨੇ ਲੇਕਿਨ ਅਗਰ ਨਾਮ ਕਿਤੇ ਚਿਣੇ ਜਾਣ ਜਾਂ ਉਹਨਾਂ ਦੀ ਯਾਦਗਾਰ ਦੇ ਵਿੱਚ ਉਹਨਾਂ ਨਾਮਾਂ ਦੀ ਪੂਰਾ ਇੱਕ ਬੋਰਡ ਹੋਵੇ ਔਰ ਪੂਰੀ ਇੱਕ ਲਿਸਟ ਹੋਵੇ ਅਤੇ ਉਹਦੇ ਵਿੱਚ ਗਲੋਰੀਫਿਕੇਸ਼ਨ ਸੰਭਵ ਨਾ, ਉਹਨੂੰ ਪੂਰੀ ਤਰ੍ਹਾਂ ਰਿਵਾਈਵ ਕਰਾਂਗੇ। ਜਿਹੜਾ 10 ਕਰੋੜ ਰੁਪਇਆ ਸੀ ਜਿਹੜਾ ਮੈਂ ਕਹਿ ਰਿਹਾ ਨਾ ਕਿ ਜਿਹੜਾ ਨਾ ਸਿਰਫ ਕਿ ਉਹਨੂੰ ਰਿਵਾਈਵ ਕੀਤਾ ਜਾਏ, ਦੇਖੋ ਅਗਰ ਪ੍ਰਾਈਮ ਮਿਨਿਸਟਰ ਸਾਹਿਬ ਚਾਹੁਣ ਤਾਂ 100 ਕਰੋੜ ਰੁਪਇਆ ਕੁਛ ਵੀ ਨਹੀਂ ਹੁੰਦਾ ਏਡੀ ਵੱਡੀ ਮਤਲਬ ਮੋਨੂਮੈਂਟ ਦੇ ਲਈ, ਕੁਛ ਵੀ ਨਹੀਂ ਹੁੰਦਾ। ਅਗਰ ਉਹ ਚਾਹੁਣ ਕਿ ਸਾਡੀ ਸਰਕਾਰ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹੈ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਆਪਦੇ ਸਹਿਯੋਗ ਦੇ ਨਾਲ ਸਮਰਪਿਤ ਹੋ ਕੇ ਅਸੀਂ ਇੱਕ ਐਸੀ ਯਾਦਗਾਰ ਕਾਇਮ ਕਰੀਏ ਜਿੱਥੇ ਲਾਈਟ ਐਂਡ ਸਾਊਂਡ ਸਿਸਟਮ ਤਾਂ ਬਹੁਤ ਛੋਟੀ ਗੱਲ ਹੈ, ਜਿੱਥੇ ਓਪਨ ਏਅਰ ਥੀਏਟਰ ਹੋਵੇ, ਸ਼ਹਾਦਤ ਦੀਆਂ ਫਿਲਮਾਂ ਹੋਣ, ਡਾਕੂਮੈਂਟਰੀਜ਼ ਜਿਹੜੀਆਂ ਉਸ ਸਮੇਂ ਦੀਆਂ ਹੋਣ, ਚਾਹੇ ਉਹ ਗਾਂਧੀ ਜੀ ਦੀਆਂ ਹੋਣ, ਕਿਸੇ ਦੀਆਂ ਵੀ ਹੋਣ, ਪਾਰਟੀਆਂ ਤੋਂ ਉੱਤੇ ਉੱਠ ਕੇ ਜਿਨ੍ਹਾਂ ਨੇ ਬਲੀਦਾਨ ਕੀਤੇ ਹੈ, ਹਿੰਦੂ, ਸਿੱਖ, ਮੁਸਲਮਾਨ, ਇਸਾਈ, ਕੋਈ ਵੀ ਹੋਵੇ, ਉਹਦੀ ਗਲੋਰੀਫਿਕੇਸ਼ਨ ਇਸ ਜਗ੍ਹਾ ਦੇ ਉੱਤੇ ਹੋਵੇ, ਪਾਰਟੀਆਂ ਦੇ ਉੱਤੇ ਉੱਠ ਕੇ। ਹਿੰਦੀ ਹੈ ਹਮ, ਵਤਨ ਹੈ ਹਿੰਦੁਸਤਾਨ ਹਮਾਰਾ।